ਇੱਕ ਵਾਰੀ ਫਿਰ ਆਪ ਜੀ ਦਾ ਸਵਾਗਤ ਹੈ ਐਸ ਐਸ ਟੈਲੀਵਿਜ਼ਨ ਤੇ ਸੋਸਾਗਰ ਰੇਡੀਓ। ਮੋਹਨ ਸਿੰਘ ਜੀ ਸਾਡੇ ਸਟੂਡੀਓ ਦੇ ਵਿੱਚ ਹੈ। ਮੋਹਨ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਲਵੋ, ਅਸੀਂ ਗੱਲਬਾਤ ਕਰ ਰਹੇ ਹਾਂ ਪਹਿਲਾਂ ਵੀ ਸਿੱਖ ਅਵੇਅਰਨੈਸ ਸੁਸਾਇਟੀ ਤੋਂ ਅਤਰ ਸਿੰਘ ਦੇ ਨਾਲ ਗੱਲਬਾਤ ਕੀਤੀ। ਮੋਹਨ ਸਿੰਘ ਜੀ, ਜਿਹੜੇ ਕਿ ਇਹ ਲੰਮੇ ਸਮੇਂ ਦੇ ਇਸ ਸੁਸਾਇਟੀ ਦੇ ਵਿੱਚ ਮੈਂ ਕਹੂੰਗਾ ਉਹ ਮੁੱਖ ਆਦਮੀ ਹਨ ਜਿਨ੍ਹਾਂ ਨੇ ਕਿ ਇਸ ਦੀ ਜਿਹੜੀ ਆ ਪੈਰਵਾਈ ਸ਼ੁਰੂ ਕੀਤੀ ਔਰ ਇਸ ਨੂੰ ਹੋਣ ਦੇ ਵਿੱਚ ਲਿਆਂਦਾ। ਕੀ ਮੋਹਨ ਸਿੰਘ ਜੀ ਤੁਸੀਂ ਦੱਸੋਗੇ ਕਿ ਇਸ ਸੁਸਾਇਟੀ ਦਾ ਲਿਆਉਣਾ, ਸਿੱਖ ਅਵੇਅਰਨੈਸ ਦਾ ਕਾਰਨ ਕੀ ਸੀ, ਮੁੱਢ ਕੀ ਸੀਗਾ? ਮੁੱਢ ਤੋਂ ਬੈਕ ਆਪਣੇ 97 ਦੇ ਵਿੱਚ ਆਪਣੇ ਅਸੀਂ 99 ਦੀ ਵਿਸਾਖੀ ਸੈਲੀਬ੍ਰੇਟ ਕਰ ਰਹੇ ਸੀਗੇ ਅਤੇ ਕਾਫੀ ਟੈਲੀਵਿਜ਼ਨ ਦੇ ਉੱਤੇ ਇੰਗਲਿਸ਼ ਚੈਨਲ 'ਤੇ ਜਾਈਦਾ ਸੀਗਾ ਜੀ। ਅਤੇ ਉਦੋਂ ਸਾਨੂੰ ਇੱਕ ਲੜਕੇ ਦਾ ਫੋਨ ਆਇਆ ਸੀਗਾ ਆਪਣੇ ਮੈਨਚੈਸਟਰ ਸ਼ਹਿਰ ਦੇ ਵਿੱਚੋਂ, ਨੌਰਥ ਦੇ ਵਿੱਚੋਂ। ਅੱਛਾ ਜੀ। ਉਹਦੀ ਭੈਣ 18 ਸਾਲਾਂ ਦੀ ਸੀ ਅਤੇ ਉਹਦੀ ਵਾਈਫ 20 ਸਾਲਾਂ ਦੀ ਸੀ। ਉਹ ਦੋਨੋਂ ਘਰੋਂ ਚੱਲ ਗਈਆਂ ਸੀਗੀਆਂ ਅਤੇ ਉਹ ਐਕਸਪਲੋਇਟਡ ਹੋ ਗਈਆਂ ਸੀਗੀਆਂ ਅਤੇ ਉਸ ਕੇਸ ਦੇ ਵਿੱਚ ਅਸੀਂ ਜਦੋਂ ਫਿਰ ਗਏ ਹਾਂ, ਦੇਖਿਆ, ਉਹਨਾਂ ਦੀ ਮਦਦ ਕੀਤੀ ਆ ਅਤੇ ਫਿਰ ਹੋਰ ਵੀ ਬੱਚੀਆਂ ਦੀ ਮਦਦ ਕੀਤੀ। ਪਹਿਲੇ ਦੋ ਹਫ਼ਤਿਆਂ ਵਿੱਚ 13 ਕੁ ਬੱਚੀਆਂ ਦੇ ਕੇਸ ਸਾਡੇ ਕੋਲ ਆ ਗਏ ਸੀਗੇ ਅਤੇ ਅਸੀਂ ਇਹ ਦੇਖਿਆ ਸੀ ਵੀ ਕੋਈ ਵੀ ਔਰਗਨਾਈਜੇਸ਼ਨ ਜਿਹੜੀ UK ਦੇ ਵਿੱਚ ਆ, ਵੀ ਜਿੰਨੀਆਂ ਵੀ ਔਰਗਨਾਈਜੇਸ਼ਨਾਂ ਸਾਡੀਆਂ ਸਿੱਖਾਂ ਦੀਆਂ ਸੀਗੀਆਂ ਸਾਰੀਆਂ 84 ਦੇ ਹਿਊਮਨ ਰਾਈਟਸ ਦੇ ਉੱਤੇ ਅਤੇ ਇਹ ਕੰਮ ਕਰ ਰਹੀਆਂ ਸੀ ਅਤੇ ਕੋਈ ਵੀ ਇੱਦਾਂ ਦੀ ਔਰਗਨਾਈਜੇਸ਼ਨ ਨਹੀਂ ਸੀਗੀ ਜਿਹੜੀ ਕੋਈ ਇਸ ਗਰੂਮਿੰਗ ਪ੍ਰੋਸੈਸ ਉੱਤੇ ਕੰਮ ਕਰੇ। ਗਰੂਮਿੰਗ ਪ੍ਰੋਸੈਸ ਦਾ ਜਿਹੜਾ ਮੇਰਾ ਖਿਆਲ ਸ਼ਾਇਦ ਅਤਰ ਸਿੰਘ ਦੱਸ ਵੀ ਗਿਆ ਹੋਊਗਾ ਕਿ ਗਰੂਮਿੰਗ ਪ੍ਰੋਸੈਸ 3 ਚੀਜ਼ਾਂ ਲਈ ਹੁੰਦਾ। ਇੱਕ ਸੈਕਸ਼ੁਅਲ ਐਕਸਪਲੋਇਟੇਸ਼ਨ ਲਈ ਹੋ ਸਕਦਾ, ਸੇਮ ਪ੍ਰੋਸੈਸ ਹੀ ਜਿਹੜਾ ਹੈਗਾ ਆਪਣੇ ਕਨਵਰਜ਼ਨ ਦਾ, ਜਿੱਥੇ ਆਪਣੇ ਇੱਕ ਧਰਮ ਤੋਂ ਕੱਢ ਕੇ ਦੂਸਰੇ ਧਰਮ ਦੇ 'ਚ ਲੈ ਕੇ ਜਾਣਾ, ਅਤੇ ਤੀਸਰਾ ਜਿਹੜਾ ਜਿਹੜੇ ਵੀ ਟੈਰਰਿਸਟ ਆ ਜਿਹੜੇ ਆਪਣੇ ਐਕਸਟ੍ਰੀਮਿਸਟ ਆ ਉਹ ਵੀ ਇਹ ਪ੍ਰੋਸੈਸ ਆਪਣਾ ਵਰਤ ਰਿਹਾ। ਇਹ ਜਿਹੜਾ 6 ਸਟੈਪ ਪ੍ਰੋਸੈਸ ਹੈ ਜਿਹੜਾ ਆਪਣੇ ਜਦੋਂ ਅਸੀਂ ਸਟੂਡੀਓ ਵਿੱਚ ਆ ਰਹੇ ਸੀ, ਮੈਂ ਖਿਆਲ ਅਤਰ ਸਿੰਘ ਹੁਣੀ ਉਸ ਚੀਜ਼ ਦੇ ਉੱਤੇ ਗੱਲ ਕਰ ਆਪਾਂ ਨੂੰ ਚਾਲਣਾ ਪਾ ਰਹੇ ਸੀ। ਹਾਂਜੀ ਜੀ। ਅੱਛਾ, ਕੀ ਦੱਸੋ ਅਜਿਹੀਆਂ ਸੰਸਥਾਵਾਂ ਹੋਰ ਕਮਿਊਨਿਟੀਆਂ ਵੀ ਹੁਣ ਦੇ ਵਿੱਚ ਲਿਆਉਂਦੀਆਂ ਹਨ ਜਾਂ ਫਿਰ ਇਹ ਸਿੱਖ ਜਿਹੜੀ ਆ ਅਵੇਅਰਨੈਸ ਸੁਸਾਇਟੀ ਹੀ ਹੈ ਜਿਹੜੀ ਇਹੋ ਜਿਹੇ ਕੰਮ ਕਰ ਰਹੀ ਹੈ? ਦੇਖੋ, ਗੌਰਮੈਂਟ ਦੇ ਰਾਹੀਂ ਤਾਂ ਉੱਥੇ ਆਪਣੇ NSPC ਹੈਗੇ ਆ, ਚਾਈਲਡ ਲਾਈਨ ਹੈਗੀ ਆ, ਸਾਰੀਆਂ ਚੀਜ਼ਾਂ ਇੱਦਾਂ ਦੀਆਂ ਹੈਗੀਆਂ, ਬਰਨਾਡੋਸ ਹੈਗੇ ਆ, ਪਰ ਆਪਣੀ ਆਪਣੀ ਸੰਗਤ ਨੂੰ ਕੋਈ ਕੌਨਫੀਡੈਂਸ ਨਹੀਂ ਸੀਗਾ ਕਿ ਆਪਾਂ ਦੂਸਰਿਆਂ ਦੇ ਕੋਲ ਜਾ ਕੇ ਗੱਲ ਕਰੇ, ਕਿਉਂਕਿ ਜਦੋਂ ਆਪਾਂ ਗੋਹਿਆਂ ਦੀ ਔਰਗਨਾਈਜੇਸ਼ਨਾਂ ਕੋਲ ਜਾਂਦੇ ਸੀਗੇ ਉਹ ਆਪਣਾ ਕਲਚਰ ਅਤੇ ਰਿਲੀਜੀਅਸ ਐਸਪੈਕਟ ਨਹੀਂ ਸੀ ਜਾਣਦੇ। ਅਤੇ ਫਿਰ ਜਦੋਂ ਅਸੀਂ ਜਾਣ ਲੱਗੇ ਬਾਹਰ ਤਾਂ ਫਿਰ ਕਾਫੀ ਕੇਸ ਬਾਹਰ ਆਏ, ਕੋਰਟਾਂ ਵਿੱਚ ਵੀ ਗਏ ਹਾਂ। ਹੁਣ ਇੱਥੇ ਬਹਿ ਕੇ ਤਾਂ ਅਸੀਂ ਆਮ ਕਹਿੰਦੇ ਨੇ ਇੱਥੇ ਬਹਿ ਕੇ ਤਾਂ ਬੋਲਣਾ ਬਹੁਤ ਸੁਖਾਲਾ ਆ ਅਤੇ ਕੀ ਕਰਦੇ ਹਾਂ, ਪਰ ਅਸੀਂ ਸਾਨੂੰ ਡੇਲੀ ਕੋਰਟਾਂ ਵਿੱਚ ਵੀ ਜਾਣਾ ਪੈਂਦਾ ਅਤੇ ਜੇਲ੍ਹ ਵੀ ਕਰਾਉਣੀ ਪੈਂਦੀ ਆ ਜਿਹੜੇ ਕਰਦੇ ਆ। ਸੋ ਉਹ ਕੰਮ ਕਾਫੀ ਕਹਿ ਲਓ ਕੌਨਫੀਡੈਂਸ ਦੇਣ ਨੂੰ ਸੰਗਤ ਵੱਲੋਂ ਆਪਾਂ ਨੂੰ ਸੰਗਤ ਕਾਫੀ ਸਾਡੇ ਕੋਲ ਆਈ ਸੀਗੀ। ਅੱਛਾ ਮੋਹਨ ਸਿੰਘ ਜੀ, ਕੰਪੈਰੇਟਿਵਲੀ ਦੂਜੀਆਂ ਕਮਿਊਨਿਟੀਆਂ ਦੇ ਵਿੱਚ ਤੇ ਆਪਣੀ ਕਮਿਊਨਿਟੀ ਦੇ ਵਿੱਚ ਕਿੰਨਾ ਕੁ ਫਰਕ ਆ ਇਸ ਵਿਸ਼ੇ ਦੇ ਵਿੱਚ, ਜਿਹੜੀ ਸੈਕਸ਼ੁਅਲ ਅਸਾਲਟ ਹੁੰਦੇ ਹਨ ਜਾਂ ਇਹੋ ਜਿਹੀ ਐਕਟੀਵਿਟੀਜ਼ ਹੁੰਦੀਆਂ? ਦੇਖੋ, ਸੈਕਸ਼ੁਅਲ ਅਸਾਲਟ ਤਾਂ ਸਾਰੀਆਂ ਕਮਿਊਨਿਟੀਆਂ ਵਿੱਚ ਹੁੰਦੀ ਆ। ਹਾਂਜੀ। ਪਰ ਜਿੰਨੇ ਕੇਸਿਸ ਰਿਪੋਰਟਡ ਆ ਉਹ ਵਾਈਟ ਕਮਿਊਨਿਟੀ ਵਿੱਚ ਜ਼ਿਆਦਾ ਰਿਪੋਰਟ ਹੁੰਦੇ, ਕਿਉਂਕਿ ਆਪਣੀ ਜਿਹੜੀ ਸਾਊਥ ਏਸ਼ੀਅਨ ਕਮਿਊਨਿਟੀ ਆ ਉਹ ਰਿਪੋਰਟ ਨਹੀਂ ਕਰਦੀ। ਤੁਸੀਂ ਇੱਜ਼ਤ ਆਨਰ ਦਾ ਫੈਕਟਰ ਆ ਕਿ ਆਪਾਂ ਆਪਣੇ ਬੱਚੇ ਨੂੰ ਚੁੱਪ ਕਰਾ ਦਿੰਦੇ ਹਾਂ ਵੀ ਤੂੰ ਬੋਲਣਾ ਨਹੀਂ, ਇੱਥੋਂ ਆਪਾਂ ਬਚ ਜਾਣਾ, ਇੱਥੋਂ ਨਿਕਲ ਜਾਵਾਂਗੇ, ਔਖਾ ਸਮਾਂ ਠੀਕ ਹੈ, ਜੇ ਕੁਛ ਹੋ ਗਿਆ ਤਾਂ ਆਪਾਂ ਵਿਲ ਕੈਰੀ ਔਨ, ਪਰ ਉਹ ਰਿਪੋਰਟ ਨਹੀਂ ਜਾਂਦੀ। ਸੋ ਜਦੋਂ ਤੁਸੀਂ ਆਪਣੀਆਂ ਸਾਊਥ ਏਸ਼ੀਅਨ ਕਮਿਊਨਿਟੀਆਂ 'ਚ ਦੇਖਣੀਆਂ ਕਿੰਨੀਆਂ ਰਿਪੋਰਟਡ ਕ੍ਰਾਈਮਸ ਆ ਉਹ ਬਹੁਤ ਘੱਟ ਆ, ਪਰ ਜੇ ਹੁਣ ਤੁਸੀਂ ਜਨਰਲੀ ਤੌਰ 'ਤੇ ਇੱਥੇ ਆਪਣੇ ਕੈਨੇਡਾ ਵਿੱਚ ਵੀ ਦੇਖਦੇ ਹਾਂ ਤੇ ਹਰ 1000 ਕੇਸ ਮਗਰ ਓਨਲੀ 33 ਆਰ ਰਿਪੋਰਟਡ, ਵੈਦਰ ਦੇ ਵਾਈਟ ਨੇਟਿਵ ਅਮੈਰੀਕਨਸ ਔਰ ਆਪਣੇ ਸਾਊਥ ਏਸ਼ੀਅਨ ਕਮਿਊਨਿਟੀਆਂ ਵਿੱਚ ਹਨ। ਕਿਉਂਕਿ ਰੀਸੈਂਟਲੀ ਅਜਿਹੀਆਂ ਘਟਨਾਵਾਂ ਬਹੁਤ ਸਾਹਮਣੇ ਆਈਆਂ ਹਨ ਜਿਹੜੀਆਂ ਕਿ ਪੈਸ ਦੇ ਵਿੱਚ ਵਾਪਰੀਆਂ ਹਨ। ਈਵਨ ਇੱਥੋਂ ਦੀਆਂ ਬੱਚੀਆਂ ਵੀ ਜਿਹੜੀਆਂ ਕਿ ਬੋਰਨ ਇੱਥੋਂ ਦੀਆਂ ਹਨ ਵੱਖਰੀ ਸੁਸਾਇਟੀ ਨਾਲ, ਉਹ ਵੀ ਕਹਿੰਦੇ ਹਨ ਕਿ ਅਸੀਂ ਓਨਲੀ 20% ਹੀ ਜਿਹੜੇ ਕੇਸ ਹਨ ਉਹ ਇਹੋ ਜਿਹੇ ਸਾਹਮਣੇ ਆਉਂਦੇ ਹਨ ਅਤੇ ਰੈਸਟ ਆਫ ਜਿਹੜੇ ਆ ਉਹ ਚੁੱਪ ਹੀ ਹੋ ਜਾਂਦੇ ਹਨ, ਜਾਂ ਤਾਂ ਉਹ ਬੱਚੀ ਡਜ਼ਨਟ ਮੈਟਰ ਕਿਹੜੀ ਕਮਿਊਨਿਟੀ ਦੇ ਨਾਲ ਉਹ ਰਿਲੇਟ ਆ, ਉਹ ਡਰਦੀ ਹੈ ਜਾਂ ਫਿਰ ਉਹ ਕਹਿੰਦੀ ਆ ਕਿ ਜੇ ਮੈਂ ਕੀਤੀ ਤੇ ਸ਼ਾਇਦ ਮੇਰਾ ਜਿਹੜਾ ਫਿਊਚਰ ਆ ਉਹ ਦੁੱਖ ਭਰਿਆ ਹੋਵੇ। ਸੋ ਨਾਟ ਓਨਲੀ ਆਪਣੀ ਕਮਿਊਨਿਟੀ ਦੇ ਵਿੱਚ, ਦੂਜੀਆਂ ਕਮਿਊਨਿਟੀਆਂ ਦੇ ਵਿੱਚ ਵੀ ਅਜਿਹਾ ਬਹੁਤ ਕੁਝ ਹੋ ਰਿਹਾ। ਹੁਣੇ ਆਪਣੇ ਕ੍ਰੋਸ ਦਾ ਬਾਰਡਰ ਵੇਖ ਲਈਏ, ਜਿਸ ਨੇ ਕਿ ਹੁਣ ਸੁਪਰੀਮ ਕੋਰਟ ਦਾ ਜੱਜ ਬਣਨਾ ਸੀਗਾ
ਉਹੀ ਅਜਿਹੇ ਕੇਸ ਦੇ ਵਿੱਚ ਉਲਝਿਆ ਪਿਆ ਹੈ। ਹਾਂਜੀ, ਪਹਿਲੋਂ ਕੋਈ ਵੀ ਨਹੀਂ ਗੱਲ ਕਰ ਰਿਹਾ, ਹੁਣ ਕਾਫੀ ਬੱਚੀਆਂ ਜਿਹੜੀਆਂ ਉਸ ਟਾਈਮ ਤੇ ਬੱਚੀਆਂ ਸਨ ਹੁਣ ਉਹ ਉਭਰ ਦੋ ਗਈਆਂ, ਹੁਣ ਅੱਗੇ ਉਹ ਕੋਸ਼ਿਸ਼ ਕਰਕੇ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਹੈ। ਤੇ ਛੋਟੀ ਉਮਰ ਦੇ ਵਿੱਚ ਆਪਾਂ ਸਰਟਨ ਏਜ ਦੇ ਵਿੱਚ ਤੇ ਕੋਈ ਬੱਚੀ ਜਿਹੜਾ ਇਹੋ ਜਿਹੀ ਗੱਲ ਹੀ ਨਹੀਂ ਕਰਦੀ, ਡਜ਼ਨਟ ਮੈਟਰ ਕਿਹੜੀ ਉਹ ਕਮਿਊਨਿਟੀ ਦੇ ਵਿੱਚ ਹੈ। ਸੋ ਆਪਾਂ ਨੂੰ ਜਿਹੜੀ ਸਿੱਖ ਅਵੇਅਰਨੈਸ ਸੋਸਾਇਟੀ ਆ, ਇਹ ਕਿਸ ਤਰ੍ਹਾਂ ਆਪਣੇ ਬੱਚਿਆਂ ਨਾਲ ਕੰਮ ਕਰਦੀ ਹੈ ਕਿ ਬੱਚਿਆਂ ਨੂੰ ਇਹ ਐਕਸਪਲੋਇਟੇਸ਼ਨ ਤੋਂ ਬਚਾਇਆ ਜਾਵੇ? ਦੇਖੋ, ਮੇਨ ਚੀਜ਼ ਤਾਂ ਅਸੀਂ ਇਹ ਕਹਿੰਦੇ ਨੇ ਵੀ ਜਿਹੜੀ ਅਵੇਅਰਨੈਸ ਆ ਅਤੇ ਐਜੂਕੇਸ਼ਨ, ਕੋਈ ਵੀ ਪ੍ਰੋਬਲਮ ਆਪਾਂ ਜੇ ਆਪਾਂ ਜਾਣਦੇ ਹਾਂ ਪ੍ਰੋਬਲਮ ਆ, ਸੁਚੇਤ ਹੋਣਾ ਕੁੰਜੀ ਆ ਇੱਕ ਕਿਸਮ ਦੀ। ਐਗਜੈਕਟਲੀ। ਅਤੇ ਜਿਹੜਾ ਐਜੂਕੇਸ਼ਨ ਆ, ਐਜੂਕੇਸ਼ਨ ਜਿਹੜਾ ਹੈਗਾ ਬਹੁਤ ਜ਼ਿਆਦਾ ਜ਼ਰੂਰੀ ਆ। ਜਦੋਂ ਅਸੀਂ ਆਪ ਜੇਲ੍ਹਾਂ ਵਿੱਚ ਜਾਂਦੇ ਹਾਂ, ਉੱਥੇ ਆਪਾਂ ਜਿੱਦਾਂ ਅੱਜ ਤੁਸੀਂ ਇੰਟਰਵਿਊ ਲੈ ਰਹੇ ਹਾਂ ਆਪਣਾ, ਇੱਥੇ ਇੱਥੇ ਬੈਠੇ ਹਾਂ, ਅਸੀਂ ਜੇਲ੍ਹਾਂ ਵਿੱਚ ਵੀ ਜਾ ਕੇ ਇੰਟਰਵਿਊ ਲੈਂਦੇ ਹਾਂ ਜਿਹੜੇ ਆਪਣੇ ਪ੍ਰੈਡੇਟਰਸ ਹੈਗੇ ਆ, ਜਿਹੜੇ ਇਹ ਇਹ ਚੀਜ਼ਾਂ ਕਰਦੇ ਆ। ਅੱਛਾ। ਅਤੇ ਅਸੀਂ ਇਹ ਪੁੱਛਦੇ ਹੁੰਦੇ ਹਾਂ ਕਿ ਵਾਈ, ਕਿਉਂ ਤੁਸੀਂ ਕਿਉਂ ਟਾਰਗੇਟ ਕਰਦੇ ਆ, ਫਿਰ ਸਾਰੇ ਸੈਟ ਆਫ ਕੁਐਸਚਨ ਹੁੰਦੇ ਆ। ਫਿਲਮਾਂ ਵੀ ਬਣੀਆਂ ਸਾਡੀਆਂ ਜੇਲ੍ਹਾਂ ਵਿੱਚ ਜਾਂਦਿਆਂ ਨੂੰ, ਪਰ ਇੱਕ ਬਹੁਤ ਇੰਪੋਰਟੈਂਟ ਅਸੀਂ ਕੁਐਸਚਨ ਪੁੱਛਦੇ ਹਾਂ ਕਿ ਕਿਹੜੀ ਸਭ ਤੋਂ ਵੱਡੀ ਵਲਨਰੇਬਿਲਟੀ ਆ ਬੰਦੇ ਦੇ ਵਿੱਚ ਜਾਂ ਬੱਚੇ ਦੇ ਵਿੱਚ ਜਿਹੜੀ ਤੁਸੀਂ ਐਕਸਪਲੋਇਟ ਕਰਦੇ ਆ। ਹਾਂਜੀ। ਅਤੇ ਉਹਨਾਂ ਦਾ ਹਮੇਸ਼ਾ ਹੀ ਇਹ ਜਵਾਬ ਆਉਂਦਾ, ਆਈ ਵਿਲ ਟੈਲ ਯੂ 99% ਇਹ ਜਵਾਬ ਆਉਂਦਾ ਕਿ ਜਿਸ ਬੱਚੇ ਨੂੰ ਵੀ ਕੱਖ ਨਹੀਂ ਪਤਾ ਕਾਮ ਦੇ ਬਾਰੇ, ਹੈ ਨਾ, ਉਹ ਸਾਡਾ ਨੈਕਸਟ ਵਿਕਟਮ ਆ, ਉਹ ਸਾਡਾ ਸਭ ਤੋਂ ਸੁਖਾਲਾ ਵਿਕਟਮ ਆ, ਕਿਉਂਕਿ ਸਾਨੂੰ ਜੇ ਬੱਚੇ ਨੂੰ ਪਤਾ ਹੀ ਨਹੀਂ ਮੇਰੇ ਨਾਲ ਕੀ ਹੋਇਆ, ਉਹ ਰਿਪੋਰਟ ਕਿਵੇਂ ਕਰੂਗਾ ਜਾ। ਐਗਜੈਕਟਲੀ। ਸੋ ਇਹ ਇਹ ਜਿਹੜਾ ਆਪਣੀ ਬੱਚੇ ਦੀ ਕ੍ਰਿਟੀਕਲ ਥਿੰਕਿੰਗ ਜਿਹੜੀ ਆ, ਕਿਉਂਕਿ ਹੁਣ ਬੱਚੇ ਦੇ ਨਾਲ ਆਪਾਂ ਮਾਂ ਬਾਪ ਰਹਿ ਨਹੀਂ ਸਕਦੇ। ਦੇਰ ਆਰ ਟਾਈਮਸ ਵੈਨ ਬੱਚਾ ਇਜ਼ ਗੋਟ ਟੂ ਬੀ ਅਲੋਨ, ਸਕੂਲ ਲੈ ਜਾਂਦੇ, ਕਾਲਜ ਜਾਂਦੇ, ਯੂਨੀਵਰਸਿਟੀਆਂ ਵਿੱਚ ਜਾਂਦੇ, ਆਪਾਂ ਨਾਲ ਨਹੀਂ ਹੋ ਸਕਦੇ। ਆਪਾਂ ਉਹਨਾਂ ਦੀ ਜਿਹੜੀ ਕ੍ਰਿਟੀਕਲ ਥਿੰਕਿੰਗ ਹੈ ਜਿਹੜੀ, ਉਹ ਸ਼ਾਰਪਨ ਕਰਨੀ ਆ, ਕਿਉਂਕਿ ਆਹ ਜਿਹੜੀ ਚੀਜ਼ ਆ ਬੱਚੇ ਦੇ ਨਾਲ ਹਮੇਸ਼ਾ ਹੀ ਹੋਣੀ ਆ, ਅਤੇ ਜੇ ਇਹ ਨਾਲ ਹੋਊਗੀ, ਸ਼ਾਰਪ ਹੋਊਗੀ, ਤਾਂ ਬੱਚਾ ਬਚ ਸਕਦਾ। ਅੱਛਾ, ਲੈਟਸ ਸੇ ਕੋਈ ਇਹੋ ਜਿਹੀਆਂ ਸੋਸਾਇਟੀਆਂ ਤੱਕ ਪਹੁੰਚ ਨਹੀਂ ਕਰਦਾ, ਉਹ ਜਾਂਦਾ ਨਹੀਂ ਗਾ, ਹਾਂਜੀ, ਉਹਨਾਂ ਨੂੰ ਕੀ ਤੁਹਾਡੀ ਹਦਾਇਤ ਆ ਜੇਕਰ ਲੜਕਾ ਅਤੇ ਉਸ ਨੂੰ ਬਾਪ ਜਾਂ ਉਹਦਾ ਬਾਬਾ ਜਾਂ ਉਹਦਾ ਨਾਨਾ ਕੀ ਸਮਝਾਵੇ? ਜੇਕਰ ਲੜਕੀ ਹੈ, ਉਹਦੀ ਨਾਨੀ, ਉਹਦੀ ਦਾਦੀ, ਉਹਦੀ ਮਾਂ, ਉਹਦੀ ਭੈਣ, ਉਹਦੀ ਚਾਚੀ, ਉਹਦੀ ਤਾਈ, ਉਹ ਕਿਸ ਤਰ੍ਹਾਂ ਉਹਨੂੰ ਗਾਈਡ ਕਰੇ? ਦੇਖੋ, ਗਾਈਡੈਂਸ ਤਾਂ ਜਿੱਦਾਂ ਹੁਣ ਸਾਡੇ ਅਸੀਂ ਡਿਵੈਲਪ ਕੀਤਾ ਆ ਕਿ 193 ਕੁਐਸਚਨ ਜਿੱਥੇ ਅਸੀਂ ਬੱਚੇ ਨੂੰ ਆਨਸਰ ਕੁਐਸਚਨ ਕਰਦੇ ਹਾਂ, ਉਹ ਡਿਫਰੈਂਟ ਡਿਪਾਰਟਮੈਂਟਸ ਗੱਲ ਕੱਢਣ ਨੂੰ। ਅੱਛਾ ਜੀ। ਹੁਣ ਆਪਣੇ ਜਿਹੜੇ ਮਾਪੇ ਆ, ਵੀ ਆਰ ਡੂਇੰਗ ਇਸ ਵੇਲੇ, ਵੀ ਆਰ ਡੂਇੰਗ ਪੰਜਾਬੀ ਪੇਰੈਂਟਿੰਗ ਇਨ ਏ ਵੈਸਟਰਨ ਕੰਟਰੀ, ਅ ਵੈਸਟਰਨ ਕੰਟਰੀ ਵਿਚ ਇਜ਼ ਹਾਈਲੀ ਸੈਕਸ਼ੁਅਲਾਈਜ਼ਡ, ਸੋ ਵੀ ਨੋਟ ਈਵਨ ਟੱਚਿੰਗ ਦੈਟ ਪਾਰਟ, ਹੈ ਨਾ। ਜਿੰਨਾ ਚਿਕਰ ਆਪਾਂ ਇਹਨਾਂ ਨੂੰ ਗਾਈਡੈਂਸ ਨਹੀਂ ਦਿੱਤੀ, ਹੁਣ ਜਦੋਂ ਆਪਾਂ ਉੱਥੇ ਯੂਕੇ ਦੇ ਵਿੱਚ ਆਪਾਂ ਇਸ ਚੀਜ਼ ਦੇ ਉੱਤੇ ਗੱਲ ਕਰਦੇ ਹਾਂ, ਆਪਾਂ 4 ਸਾਲ ਤੋਂ ਸ਼ੁਰੂ ਕਰ ਦਿੰਦੇ ਹਾਂ, ਅਸੀਂ ਸਾਡੇ ਆਪਣੇ ਕੋਰਸ ਆ ਡਿਵੈਲਪ ਕੀਤੇ ਆ, 4 ਤੋਂ 7, 7 ਤੋਂ 10, 10 ਤੋਂ 13, 13 ਤੋਂ 16, 16 ਤੋਂ 18 ਕਾਲਜ ਵਾਲਾ, 18 ਤੋਂ ਯੂਨੀਵਰਸਿਟੀ ਵਾਲਾ, ਅਤੇ ਫਿਰ ਮਾਪਿਆਂ ਦਾ ਕੋਰਸ ਅੱਡ ਹੁੰਦਾ। ਹੁਣ ਤੋਂ ਆਪਾਂ ਜਦੋਂ ਸਟੂਡੀਓ ਵਿੱਚ ਆਏ ਸੀ, ਤੁਸੀਂ ਅਤਰ ਸਿੰਘ ਹੁਣਾਂ ਨਾਲ ਗੱਲ ਕਰ ਰਿਹਾ ਸੀ, ਜਿਹੜਾ ਮਾਪਿਆਂ ਦਾ ਕੋਰਸ ਹੈ ਉਹ 10 ਹਫ਼ਤੇ ਦਾ ਕੋਰਸ ਆ, ਅਤੇ ਕੋਰਸ ਦਾ ਨਾਂ ਵੀ ਆਪਾਂ ਇਹ ਰੱਖਿਆ, ਸੁਖੀ ਵਸੇ ਮੋਰੋ ਪਰਿਵਾਰ ਆ। 45 ਮਿੰਟ ਦੇ ਸੈਸ਼ਨ ਆ, ਬੱਚੇ ਨੂੰ ਕਿਵੇਂ ਬੱਚੇ ਦੇ ਨਾਲ ਗੱਲਬਾਤ ਕਰਨੀ ਆ, ਬੱਚੇ ਨੂੰ ਕਿਵੇਂ ਬੱਚੇ ਨੂੰ ਓਪਨ ਕਰਨਾ ਆ, ਬੱਚੇ ਦੇ ਜਦੋਂ ਕੋਈ ਤਬਦੀਲੀ ਆਉਂਦੀ ਆ ਬੱਚੇ ਦੀ ਜ਼ਿੰਦਗੀ ਦੇ ਵਿੱਚ, ਉਹਨੂੰ ਕਿੱਦਾਂ ਆਪਾਂ ਸਪੋਰਟ ਕਰਨਾ, ਕਿਉਂਕਿ ਕਦੀ ਕਦੀ ਬੱਚਾ, ਹੈ ਨਾ, ਜਿਸ ਬੱਚੇ ਦੇ ਨਾਲ ਹੋਇਆ ਜਾਂ ਬੱਚੀ ਦੇ ਨਾਲ ਹੋਇਆ, ਉਹ ਜ਼ਬਾਨ ਰਾਹੀਂ ਨਹੀਂ ਦੱਸ ਸਕਦੇ, ਪਰ ਉਹਨਾਂ ਦੀ ਜਿਹੜੀ ਬੋਡੀ ਲੈਂਗੁਏਜ ਆ ਉਹ ਤੁਹਾਨੂੰ ਦੱਸ ਦਿਓ ਕਿ ਕੁਛ ਨਾ ਕੁਛ ਬੱਚੇ ਵਿੱਚ ਰੌਂਗ ਆ। ਹੁਣ ਜਦੋਂ ਆਪਾਂ ਅੱਜ ਬੋਲਦੇ ਹਾਂ, ਕਮਿਊਨੀਕੇਟ ਕਰ ਰਹੇ ਹਾਂ, ਹਿਊਮੈਨਿਟੀ ਜਦੋਂ ਬਿਫੋਰ ਲੈਂਗੁਏਜ ਐਗਜ਼ਿਸਟਿਡ, ਇਟ ਵਾਸ ਬੋਡੀ ਲੈਂਗੁਏਜ, ਓਕੇ, ਸੋ ਦੈਟ ਇਜ਼ ਇੰਸਟੋਲਡ ਇਨ ਅਸ, ਆਪਣੇ ਵਿੱਚ ਇੰਸਟੋਲਡ ਆ ਉਹ ਪ੍ਰੋਗਰਾਮ, ਕਿ ਜਦੋਂ ਆਪਣੀ ਜ਼ੁਬਾਨ ਚੁੱਪ ਹੋ ਜਾਂਦੀ ਹੈ, ਸਾਡੀ ਬੋਡੀ ਸਾਨੂੰ ਦੱਸਣ ਲੱਗ ਪੈਂਦੀ ਆ। ਐਗਜ਼ੈਕਟਲੀ। ਕਿ ਜੇ ਬੰਦਾ ਖੁਸ਼ਹਾਲ ਬੰਦਾ ਆ, ਉਹ ਸਡਨਲੀ ਹੁਣ ਇੱਕਦਮ ਸੈਡ ਜਾਂ ਡਿਪਰੈਸਡ ਹੋ ਜਾਵੇ, ਉਹ ਸੈਡ ਡਿਪਰੈਸਡ ਕਿਵੇਂ ਹੋਇਆ, ਕੌਣ ਕਰ ਰਿਹਾ, ਕਿਹੜੀ ਕਿਹੜੀ ਉਹਦੀ ਜ਼ਿੰਦਗੀ ਦੇ ਵਿੱਚ ਹਰਸਾ ਹੋਈ ਆ ਜਿਹੜੀ ਉਹਨੂੰ ਇੱਕਦਮ ਸੈਡ ਕਰ ਲਈ ਆ। ਕੋਈ ਬੱਚਾ ਸਕੂਲੇ ਜਾਂਦਾ, ਨੋ ਪ੍ਰੋਬਲਮ, ਅੱਗੇ ਸਕੂਲੇ, ਹੁਣ ਸਕੂਲੋਂ ਜਾਣ ਨੂੰ ਕਹਿੰਦਾ, ਮੈਂ ਐਕਸਕਿਊਜ਼ ਬਣਾਉਂਦਾ ਨਹੀਂ ਜਾਣਾ ਮੈਂ, ਕੌਣ ਕਰ ਰਿਹਾ, ਕੋਈ ਬੋਲੀ ਕਰ ਰਿਹਾ, ਕੋਈ ਤੰਗ ਕਰ ਰਿਹਾ, ਕੋਈ ਕੌਣ ਕਰ ਰਿਹਾ। ਜਿਵੇਂ ਅੱਗੇ ਬੱਚਾ ਤੁਹਾਡੇ ਨਾਲ ਪੂਰੀ ਗੱਲਬਾਤ ਕਰਦਾ, ਤੁਹਾਡੇ ਨਾਲ ਬੈਠਾ, ਹੁਣ ਆਪਣੇ ਰੂਮ ਦੇ ਚੋਂ ਨਹੀਂ ਨਿਕਲਦਾ, ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਕਰਦਾ, ਜਾਂ ਤੁਹਾਡੇ ਘਰ ਕੋਈ ਚੀਜ਼ ਆਉਂਦੀ ਆ ਜਾਂ ਕੋਈ ਤੁਹਾਨੂੰ ਤੁਸੀਂ ਨਹੀਂ ਜਿਹੜੀ ਲੈ ਕੇ ਦਿੱਤੀ, ਕੱਪੜਾ ਲੀੜਾ, ਕੋਈ ਗਿਫਟਸ, ਉਹ ਕਿਹਨੇ ਦਿੱਤੀ ਆ, ਕਿਉਂ ਦਿੱਤੀ ਆ, ਕਾਹਤੋਂ ਦਿੱਤੀ ਆ, ਉਹ ਸਾਰੀਆਂ ਜਿਹੜੀਆਂ ਤੁਸੀਂ ਇਨਵੈਸਟੀਗੇਟ ਕਰ ਸਕਦੇ, ਜਿਹਦੇ ਅਸੀਂ ਉਹਨੂੰ ਕਹਿੰਦੇ ਨੇ ਰੈੱਡ ਫਲੈਗਸ, ਓਕੇ, ਉਹ 10-12 ਰੈੱਡ ਫਲੈਗਸ 'ਤੇ ਵੀ ਆਪਾਂ ਕਵਰ ਕਰਦੇ ਹਾਂ।
ਫਿਰ ਜਿਹੜੀਆਂ ਲਾਲਚਾਂ ਤੇ ਦੱਸਦੇ ਆ ਮਾਪਿਆਂ ਨੂੰ, ਜਿੱਦਾਂ ਹੁਣ ਤੁਸੀਂ ਜਿੰਨੇ ਵੀ ਦਿੱਤੇ ਆ ਮਾਸੀ ਮਾਮੇ ਤਾਏ, ਇੱਕ ਤਿੰਨ ਚੀਜ਼ਾਂ ਜ਼ਰੂਰ ਆਪਾਂ ਨੂੰ ਬੱਚੇ ਨੂੰ ਦੇਣੀਆਂ ਪੈਣੀਆਂ ਜੇ ਆਪਾਂ ਆਪਾਂ ਰੋਟੀ ਕੱਪੜਾ ਮਕਾਨ ਵੀ ਦਿੰਦੇ ਹਾਂ, ਪਰ ਤਿੰਨ ਚੀਜ਼ਾਂ ਐਜ਼ ਅ ਹਿਊਮਨ ਨੀਡ ਆ, ਸਾਈਕੋਲੋਜੀਕਲੀ ਸਾਡੀ ਇਹ ਨੀਡ ਆ, ਬਿਫੋਰ ਵੀ ਆਰ ਰਿਲੀਜੀਅਸ ਵੀ ਆਰ ਹਿਊਮਨਸ ਫਸਟ। ਹਾਂਜੀ, ਅਤੇ ਇਹ ਹਿਊਮਨ ਨੀਡ ਆ ਅਟੈਂਸ਼ਨ, ਅਫੈਕਸ਼ਨ ਅਤੇ ਐਪਰੀਸ਼ੀਏਸ਼ਨ। ਜਿਸ ਬੱਚੇ ਨੂੰ ਇਹ ਘਰ ਮਿਲ ਜਾਵੇ, ਉਹ ਬੱਚਾ ਕੰਪਲੀਟਲੀ ਓਪਨ ਹੋਊ, ਅਤੇ ਉਹ ਬੱਚਾ ਤੁਹਾਨੂੰ ਕੋਈ ਵੀ ਤੁਹਾਡੇ ਕੋਲੋਂ ਸੀਕਰੇਟ ਨਹੀਂ ਰੱਖ ਸਕਦਾ, ਅਤੇ ਕੋਈ ਵੀ ਕੰਮ ਕਿਸੇ ਦੇ ਨਾਲ ਨਹੀਂ ਬਾਹਰ ਕਰ ਸਕਦਾ, ਜਿਸ ਬੱਚੇ ਨੂੰ ਇਹ ਚੀਜ਼ਾਂ ਘਰ ਮਿਲਦੀਆਂ ਹੋਣ। ਅੱਛਾ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕਮਰੇ ਵਿੱਚ ਬੈਠੇ ਰਹਿਣਾ, ਕੀ ਕਈ ਕਿਸੇ ਵੇਲੇ ਕਈ ਲੋਕ ਇਹ ਕਹਿੰਦੇ ਹਨ ਕਿ ਉਹ ਬੱਚੇ ਜਿਹੜੇ ਆ ਡਰੱਗ ਦੇ ਨਾਲ ਰਿਲੇਟ ਹੋ ਜਾਂਦੇ ਹਨ, ਨਾਲੇ ਇੱਕ ਹੋਰ ਵੀ ਚੀਜ਼ ਆ ਕਿ ਕਈ ਬੱਚੇ ਸਰਮਾਕਲ ਹੁੰਦੇ ਹਨ, ਪਰਟੀਕੁਲਰ ਜੇਕਰ ਬੱਚੀਆਂ ਹਨ ਅਤੇ ਆਪਾਂ ਲਿਵਿੰਗ ਰੂਮ ਦੇ ਵਿੱਚ ਟੀ ਵੀ ਲਾ ਕੇ ਬੈਠੇ ਹਾਂ। ਹਾਂਜੀ, ਅੱਛਾ, ਆਪਣੇ ਬੱਚੇ ਬੱਚੀਆਂ, ਕਿਉਂਕਿ ਟੀ ਵੀ ਇੱਥੋਂ ਦਾ ਪਤਾ ਨਹੀਂ ਕਿਹੜੇ ਵੇਲੇ ਕਿਹੋ ਜਿਹੀ ਅੱਜ ਕੱਲ੍ਹ ਤਾਂ ਭਾਰਤੀ ਫਿਲਮਾਂ ਵੀ ਅਜਿਹੀਆਂ ਆ ਰਹੀਆਂ, ਔਰ ਬੱਚੇ ਜਾਂ ਲੜਕਾ ਹੋਵੇ ਜਾਂ ਲੜਕੀ ਹੋਵੇ ਆਪਣੇ ਬਾਪ ਦੇ ਆਪਣੇ ਭਰਾ ਦੇ ਲਾਗੇ ਬੈਠ ਕੇ ਅਜਿਹੀ ਫਿਲਮ ਨਹੀਂ ਵੇਖ ਸਕਦੇ। ਹਾਂਜੀ ਹਾਂਜੀ, ਭਾਵੇਂ ਈਵਨ ਆਪਾਂ ਕਾਫੀ ਉਮਰ ਦੇ ਆਪਾਂ ਆਪਣੀ ਮਾਂ ਦੇ ਲਾਗੇ ਬੈਠ ਕੇ ਅਜਿਹੀ ਜੀ ਫਿਲਮ ਨਹੀਂ ਵੇਖ ਸਕਦੇ, ਉਹ ਫਿਰ ਆਪਣੇ ਕਮਰੇ ਦੇ ਵਿੱਚ ਚਲੇ ਜਾਂਦੇ ਹਨ। ਇਸ ਦਾ ਭਾਵ ਆਪਾਂ ਨੂੰ ਕੀ ਸਮਝਣਾ ਚਾਹੀਦਾ ਕਿ ਡਰੱਗ ਨਾਲ ਰਿਲੇਟ ਕਰਨਾ ਚਾਹੀਦਾ ਹੈ, ਜਾਂ ਫਿਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹ ਇਕੱਲੇ ਕਮਰੇ 'ਚ ਬਹਿਣਾ ਸਿੱਖ ਜਾਂਦੇ ਹਨ, ਸੁਰਮਾਕਲ ਹੁੰਦੇ ਹਨ, ਜਾਂ ਫਿਰ ਉਹ ਬੋਲਦੇ ਨਹੀਂ, ਹਾਊ ਵੀ ਸ਼ੁੱਡ ਟੇਕ ਦਿਸ? ਲੁੱਕ, ਜਦੋਂ ਜਿੱਦਾਂ ਦੇਖੋ ਇੱਕ ਵਾਰੀ ਤਾਂ ਬੱਚਾ ਆਪਣੇ ਰੂਮ ਦੇ, ਕੋਈ ਹੁਣ ਪ੍ਰੋਗਰਾਮ ਲੱਗਾ ਆ ਤਾਂ ਤੁਸੀਂ ਉਹ ਕੋਈ ਇੰਬੈਰਸਿੰਗ ਪਾਰਟ ਆ ਗਿਆ, ਬੱਚਾ ਉੱਠ ਕੇ ਆਪਣੇ ਰੂਮ ਦੇ ਚਲ ਗਿਆ, ਉਹ ਉਹ ਦੇਰ ਇਜ਼ ਨਥਿੰਗ ਰੋਂਗ ਵਿਦ ਦੈਟ, ਠੀਕ ਹੈ ਨਾ? ਜੇ ਹੁਣ ਅੱਗੇ ਤੁਹਾਡੇ ਨਾਲ ਬੱਚਾ ਹਮੇਸ਼ਾ ਤੁਹਾਡੇ ਨਾਲ ਬਹਿੰਦਾ ਤਾਂ ਹੁਣ ਤੁਹਾਡੇ ਨਾਲ ਨਹੀਂ ਬਹਿੰਦਾ, ਹੁਣ ਆਪਣੇ ਰੂਮ ਦੇ ਚੋਂ ਨਹੀਂ ਨਿਕਲਦਾ, ਦੇਰ ਇਜ਼ ਸਮਥਿੰਗ ਰੋਂਗ। ਕੌਣ ਉਹਨੂੰ ਬਿਠਾ ਰਿਹਾ, ਕੌਣ ਉਹਨੂੰ ਦੂਰ ਕਰ ਰਿਹਾ ਪਰਿਵਾਰ ਤੋਂ, ਕੌਣ ਉਹਨੂੰ ਡਾਇਲੋਗ ਦੇ ਰਿਹਾ, ਕੌਣ ਗਿਆਨ ਦੇ ਰਿਹਾ ਇਹ, ਹਨਾ? ਜਿੱਥੇ ਅੱਗੇ ਤੁਹਾਡੀ ਸਾਰੀ ਕੰਪਨੀ ਉਹ ਇੰਜੋਏ ਕਰਦਾ ਸੀ, ਹੁਣ ਉਹ ਇੰਜੋਏ ਨਹੀਂ ਕਰਦਾ, ਉਹਨੂੰ ਉਹਦੀ ਗਰੂਮਿੰਗ ਹੋ ਰਹੀ ਆ, ਸਕੂਲੇ ਹੋ ਰਹੀ ਆ, ਬਾਹਰ ਹੋ ਰਹੀ, ਇੰਟਰਨੈਟ ਤੇ ਹੋ ਰਹੀ ਆ। ਅੱਛਾ, ਇੱਕ ਤੇ ਇਹ ਜਿਹੜਾ ਕਿ ਕਿਸੇ ਨੂੰ ਫੋਰਸਫੁਲੀ ਬੱਚੇ ਨੂੰ ਦੂਸਰੇ ਵੱਲੋਂ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ, ਹਾਂਜੀ, ਲੇਕਿਨ ਕਿਸੇ ਵੇਲੇ ਆਪਣੀਆਂ ਬੱਚੀਆਂ ਜਾਂ ਆਪਣਾ ਬੱਚਾ ਦੂਸਰੇ ਧਰਮ ਵੱਲ ਅਟਰੈਕਟ ਹੋ ਜਾਂਦਾ ਹੈ, ਉਹਨਾਂ ਲੋਕਾਂ ਵੱਲ ਅਟਰੈਕਟ ਹੋ ਜਾਂਦਾ ਹੈ, ਉਹ ਬੱਚੇ ਦਾ ਕਸੂਰ ਹੁੰਦਾ ਹੈ ਜਾਂ ਉਹ ਉਸ ਨੂੰ ਕਿਹੇ ਤਰੀਕੇ ਨਾਲ ਵਰਗਲਾ ਕੇ ਆਪਣੇ ਪਿੱਛੇ ਲਾ ਰਿਹਾ? ਇਹੀ ਗਰੂਮਿੰਗ ਪ੍ਰੋਸੈਸ ਹੈ, ਜਿਹੜਾ ਗਰੂਮਿੰਗ ਪ੍ਰੋਸੈਸ ਹੈਗਾ ਕਿ ਹੌਲੀ ਹੌਲੀ ਬੰਦੇ ਨੂੰ ਆਪਣੀ ਸੋਚ ਜਿਹੜੀ ਆ ਉਹਦੇ ਦਿਮਾਗ ਵਿੱਚ ਪਾਉਣੀ ਹੈ। ਠੀਕ ਹੈ, ਜਿੱਦਾਂ ਪਹਿਲਾਂ ਟਾਰਗੇਟ ਕਰ ਲਿਆ, ਹੁਣ ਆਪਾਂ ਟਾਰਗੇਟ ਕਰ ਲਿਆ ਵੀ ਇਹ ਬੱਚੇ ਵਿੱਚ ਵਲਨਰੇਬਿਲਿਟੀ ਆ, ਠੀਕ ਹੈ ਨਾ? ਬੱਚਾ ਘਰ ਦੇ ਵਿੱਚ ਖੁਸ਼ ਨਹੀਂ ਗਾ, ਜਾਂ ਬੱਚਾ ਬੱਚੇ ਦੇ ਫਰੈਂਡਸ ਹੈ ਨਹੀਂ, ਬੱਚਾ ਬੁਲਿਡ ਹੋ ਰਿਹਾ ਸਕੂਲੇ, ਜਾਂ ਬੱਚੇ ਦੀ ਜਿਹੜੀਆਂ ਵੀ ਵਲਨਰੇਬਿਲਿਟੀ, ਲੋ ਸੈਲਫ ਸਟੀਮ ਹੋਈ ਬੱਚੇ ਵਿੱਚ, ਇਹਨੂੰ ਟਾਰਗੇਟ ਕਰਨ ਲੱਗ ਪਓ, ਠੀਕ ਹੈ ਨਾ? ਟਾਰਗੇਟ ਉਹ ਹੁੰਦਾ ਗਰੂਮਿੰਗ ਪ੍ਰੋਸੈਸ। ਜੀ ਜੀ, ਗਰੂਮਿੰਗ ਪ੍ਰੋਸੈਸ ਦਾ ਮਤਲਬ ਇਹ, ਆਪਾਂ ਹੁਣ ਫੋਰਸਫੁਲੀ ਤਾਂ ਕਿਸੇ ਨੂੰ ਕਿਸੇ 'ਤੇ ਗੰਨ ਨਹੀਂ ਰਿਹਾ, ਉਹ 300 ਸਾਲ ਵਾਲਾ ਕੰਮ ਤਾਂ ਪੁਰਾਣਾ ਹੈ ਨਹੀਂ ਵੀ ਜਿੱਥੇ ਅੱਜ ਕਨਵਰਟ ਕਰ, ਨਹੀਂ ਤਾਂ ਤੈਨੂੰ ਅਸੀਂ ਧੋਣ ਲਾ ਦੇਣੀ ਆ, ਹੋਰ ਕਰ ਦੇਣੀ ਆ। ਇਟਸ ਓਲ ਮਾਇੰਡ ਮੈਨੀਪੂਲੇਸ਼ਨ, ਮਾਇੰਡ ਗੇਮਸ, ਰਾਈਟ? ਐਂਡ ਦੀਜ਼ ਹੈਪਨ ਓਵਰ ਦੀ ਇੰਟਰਨੈਟ। ਯੂ ਕੈਨ ਬੀ ਗਰੂਮਡ 2 ਵੀਕਾਂ ਦੇ ਵਿੱਚ, ਇੱਕ ਟੇਕ 6 ਮੰਥਸ, ਹੈ ਨਾ? ਜਿਹੜਾ ਬੱਚਾ 16 ਸਾਲ ਤੋਂ ਥੱਲੇ ਆ, ਜਿਹੜਾ ਕੋਈ ਸਿਆਣਾ ਬੰਦਾ ਕਰ ਰਿਹਾ, ਕੋਈ 18 ਸਾਲ ਦਾ ਜਾਂ 19 ਸਾਲ ਦਾ, ਇਟਸ ਐਕਚੁਲੀ ਇਨ ਅਫੈਂਸ, ਯੂ ਕੈਨ ਐਕਚੁਲੀ ਟੇਕ ਇਟ ਟੂ ਦ ਪੁਲਿਸ। ਹਾਂਜੀ, ਜੇ ਬੱਚਾ 16 ਸਾਲ ਤੋਂ ਉੱਪਰ ਆ, 18 ਸਾਲ ਤੋਂ ਉੱਪਰ ਆ, ਫਿਰ ਤੁਸੀਂ ਇਟ ਡਜ਼ਨਟ ਬਿਕਮ ਅਨ ਅਫੈਂਸ। ਜੇ ਹੁਣ ਬੱਚੇ ਨੂੰ ਫਿਰ ਜ਼ਿਆਦਾ ਰੋਕਿਆ ਜਾਵੇ, ਕਿਉਂਕਿ ਕਿਸੇ ਵੇਲੇ ਖਾਸ ਕਰਕੇ ਬੱਚੀਆਂ ਜਿਹੜੀਆਂ ਸਰਟਨ ਏਜ ਤੱਕ ਤੇ ਕੋਈ ਪ੍ਰੋਬਲਮ ਨਹੀਂ ਹੁੰਦੀ, ਪਰ ਇੱਕਦਮ ਹੀ ਉਹ ਕਹਿੰਦੀਆਂ ਕਿ ਮੈਂ ਤੇ ਆਪਣੇ ਨਾ ਭੈਣ ਦੀ ਸੁਣੀ, ਨਾ ਭਰਾ ਦੀ, ਨਾ ਮਾਤਾ ਦੀ, ਕਿਸੇ ਦੀ ਵੀ ਨਹੀਂ ਸੁਣੀ। ਉਹ ਫਿਰ ਪ੍ਰੋਸੈਸ ਜਿਹੜਾ ਉਹ ਪਹਿਲੋਂ ਸ਼ੁਰੂ ਹੋ ਜਾਂਦਾ, ਗਰੂਮਰ ਦੱਸਦਾ ਆ ਕਿ ਰੌਲਾ ਕਦੋਂ ਪਾਉਣਾ, ਜਦੋਂ ਤੁਸੀਂ ਆਪਣੀ ਲੀਗਲ ਲਿਮਿਟ ਏਜ ਜਿਹੜੀ ਹੋ ਗਈ ਆ, ਉਸ ਤੋਂ ਬਾਅਦ ਉਹਨੂੰ ਗਰੂਮਰ ਨੇ ਸਮਝਾਇਆ ਹੁੰਦਾ ਕਿ ਮਾਪਿਆਂ ਦੇ ਕੋਲ ਕੋਈ ਤੇਰੇ ਉੱਤੇ ਅਧਿਕਾਰ ਹੈ ਨਹੀਂ ਗਾ, ਤੂੰ ਆਪਣੇ ਕਾਨੂੰਨਕ ਤੌਰ 'ਤੇ ਤੁਸੀਂ ਬਾਹਰ ਜਾ ਸਕਦੇ ਆ, ਤੁਹਾਨੂੰ ਕੋਈ ਰੋਕ ਨਹੀਂ ਸਕਦਾ, ਤੁਸੀਂ ਆਪਣੀ ਮਕਾਨ ਲੈ ਸਕਦੇ, ਜੋ ਕੋਈ ਮਰਜ਼ੀ ਕਰ ਸਕਦੇ ਹੈ ਨਾ। ਸੋ ਉਹ ਗਰੂਮਰ ਦਾ ਇੱਕ ਆਈਸੋਲੇਟ ਕਰਨ ਨੂੰ ਬੱਚੇ ਨੂੰ, ਵੀ ਜਦੋਂ ਤੁਹਾਡੀ ਉਮਰ ਹੋ ਗਈ ਤੁਸੀਂ ਘਰੋਂ ਜਾ ਸਕਦੇ। ਅੱਛਾ, ਕਿਸੇ ਵੇਲੇ ਇਹ ਕਿਹਾ ਜਾਂਦਾ ਕਿ ਤੁਸੀਂ ਬੱਚੇ 'ਤੇ ਪੂਰਾ ਵਿਸ਼ਵਾਸ ਰੱਖੋ, ਜੋ ਵੀ ਬੱਚਾ ਕਰਨਾ ਚਾਹੁੰਦਾ ਉਹਦੇ ਨਾਲ ਸਪੋਰਟ ਕਰੋ। ਹਾਂਜੀ, ਹਾਊ ਫਾਰ ਦਿਸ ਇਜ਼ ਰਾਈਟ? ਐਕਚੁਲੀ ਯੂ ਸ਼ੁੱਡ ਨੋ ਯੂਅਰ ਚਾਈਲਡ ਫਰੋਮ ਅ ਵੈਰੀ ਯੰਗ ਏਜ। ਹਾਂਜੀ, ਯੂ ਸ਼ੁੱਡ ਨੋ ਕਿ ਚਾਈਲਡ ਦੀਆਂ ਵੀਕਨੈਸਿਸ ਕੀ ਆ, ਚਾਈਲਡ ਦੇ ਸਟਰੈਂਥਸ ਕੀ ਆ, ਹੈ ਨਾ? ਹਾਂਜੀ, ਅਤੇ ਜੇ ਤੁਸੀਂ ਆਪਾਂ ਅਵੇਅਰ ਹੋਵਾਂਗੇ ਉਹਨਾਂ ਦੇ ਵੀਕਨੈਸ ਸਟਰੈਂਥਸ ਦੇ ਨਾਲ, ਫਿਰ ਆਪਾਂ ਨੂੰ ਪਤਾ ਲੱਗ ਜੂ ਜਦੋਂ ਬੱਚਾ ਆਪਣਾ ਡਿਵੈਲਪ ਹੋ ਰਿਹਾ ਕਿ ਇੱਥੇ ਮੈਂ ਕਿੱਥੇ ਮੈਂ ਸਪੋਰਟ ਦੇਣੀ ਪੂਰੀ, ਅਤੇ ਕਿੱਥੇ ਮੈਨੂੰ ਬੈਕ ਆਫ ਕਰਨ ਦੀ ਲੋੜ ਆ। ਲੇਕਿਨ ਪ੍ਰੋਬਲਮ ਆ ਕਿ ਆਪਣੇ ਜਿਹੜੇ ਪੇਰੈਂਟਸ ਹਨ ਜਾਂ ਆਪਾਂ ਖੁਦ ਆ, ਵੀ ਆਰ ਸੋ ਬਿਜ਼ੀ ਇਨ ਵਰਕ,
ਜਾਂ ਫਿਰ ਪੈਸੇ ਕਮਾਉਣ ਦੇ ਵਿੱਚ ਜਾਂ ਫਿਰ ਕੰਮਾਂ ਕਾਰਾਂ ਦੇ ਵਿੱਚ ਜਾਂ ਫਿਰ ਵੱਡੇ ਘਰ ਖਰੀਦਣ ਦੇ ਵਿੱਚ ਵਿਚ ਇਜ਼ ਨਾ ਬੈਡ ਜੇ ਉਹ ਵੀ ਆਪਾਂ ਨੂੰ ਰੱਖਣਾ ਪਏਗਾ ਬੈਲੈਂਸ ਬਣਾ ਕੇ ਰੱਖਣਾ ਪਏਗਾ ਜੇਕਰ ਆਪਾਂ ਕੰਮ ਨਹੀਂ ਕਰਾਂਗੇ ਤਾਂ ਬੱਚਿਆਂ ਨੂੰ ਫੂਡ ਕਿੱਦਾਂ ਦੇਵਾਂਗੇ ਜੇਕਰ ਆਪਾਂ ਕੰਮ ਨਹੀਂ ਕਰਾਂਗੇ ਤਾਂ ਘਰ ਕਿੱਦਾਂ ਦੇਵਾਂਗੇ ਸੋ ਇਹ ਚੀਜ਼ਾਂ ਜਿਹੜੀਆਂ ਵਾ ਕਿੱਦਾਂ ਬੈਲੈਂਸ ਕਿੱਦਾਂ ਬਣਾਇਆ ਜਾ ਸਕਦਾ ਬੈਲੈਂਸ ਤਾਂ ਸੌਖਾ ਜੀ ਜਿਹੜਾ ਹੈ ਨਾ ਜਿੱਦਾਂ ਹੁਣ ਜੇ ਤੁਸੀਂ ਆਪਣੇ ਮੈਸਲੋਸ ਹਾਇਰਾਰਕੀ ਥਿਊਰੀ ਪੜ੍ਹਦੇ ਹਾਂ ਦੂਜੇ ਵਿੱਚ ਸਭ ਤੋਂ ਜਿਹੜੀ ਸਭ ਤੋਂ ਪਹਿਲੀ ਜਿਹੜੀ ਨੀਡ ਆ ਉਹ ਹੈਗੀ ਰੋਟੀ ਕੱਪੜਾ ਮਕਾਨ ਹਾਂਜੀ ਰੋਟੀ ਕੱਪੜਾ ਮਕਾਨ ਆਪਣੇ ਜਿੰਨੇ ਵੀ ਆਪਣੇ ਭਾਈਚਾਰਾ ਆਇਆ ਇੱਥੇ ਆਪਣੀ ਬੈਟਰ ਕਰਨ ਆਏ ਸੀ ਰੋਟੀ ਕੱਪੜਾ ਮਕਾਨ ਮਿਲਦੀ ਤਾਂ ਮਾੜੀ ਮੋਟੀ ਉੱਥੇ ਵੀ ਸੀ ਪਰ ਇੱਥੇ ਬੈਟਰ ਕਰਨ ਆਏ ਸੀ ਹਾਂਜੀ ਇੱਥੇ ਬੈਟਰ ਕਰਦੇ ਕਰਦੇ ਹੁਣ ਆਪਾਂ ਕੋਈ ਗੁੱਸਾ ਤਾਂ ਨਾ ਕਰੇ ਗੁੱਸਾ ਗੱਲਾਂ ਨਾ ਕਰੇ ਪਰ ਆਪਣੇ ਇੱਥੇ ਕੋਈ ਲੋਟ ਹੈ ਕੋਈ 8 ਲੱਖ ਦਾ ਲੋਟ ਹੈ ਕੋਈ ਨਾਲ ਦਾ ਘਰ 9 ਲੱਖ ਦਾ ਲੈਂਦਾ ਉਹ ਦੂਜਾ ਕਹਿੰਦਾ ਮੈਂ 1000 ਦਾ ਇੱਕ ਉੱਤੇ ਜਾਣਾ ਕੋਈ M3 ਆ ਵੀ MW ਮੈਂ M5 ਲੈਣੀ ਜਾਂ ਮੈਂ M6 ਲੈਣੀ ਆ ਵੀ ਮੇਰਾ ਸਟੈਪ ਉੱਪਰ ਹੀ ਰਹੇ ਇੰਗਲਿਸ਼ ਦੇ ਵਿੱਚ ਕਹਿੰਦੇ ਸੀ ਕੀਪਿੰਗ ਅਪ ਵਿਦ ਦ ਜੋਨਸ ਅੱਜ ਕੱਲ੍ਹ ਤਾਂ ਕੀਪਿੰਗ ਅਪ ਵਿਦ ਦ ਸਿੰਘਸ ਦ ਕੋਸ ਹਨਾ ਸੋ ਆਪਣਾ ਜਿਹੜਾ ਆਪਣਾ ਓਲੀ ਆਪਾਂ ਨੂੰ ਕੰਮ ਕਰਨਾ ਪੈਣਾ ਸੋ ਆਪਣਾ ਬੈਲੈਂਸ ਗਿਆ ਜਿਹੜੇ 10-12 ਘੰਟੇ 16 ਘੰਟੇ ਕੰਮ ਤੋਂ ਕਰਕੇ ਆਉਣਾ ਵੀ ਡੋਂਟ ਹੈਵ ਕੁਆਲਿਟੀ ਟਾਈਮ ਟੂ ਸਿਟ ਵਿਦ ਆਰ ਕਿਡਸ ਐਂਡ ਦੈਟ ਕੁਆਲਿਟੀ ਟਾਈਮ ਦੈਨ ਦ ਚਿਲਡਰਨ ਵਿਲ ਸਪੈਂਡ ਵਾਇਆ ਇੰਟਰਨੈਟ ਇੰਟਰਨੈਟ ਰਾਹੀਂ ਯੂਅਰ ਗਲੋਬਲ ਕਮਿਊਨਿਟੀ ਨਿੱਕੀ ਹੋਏ ਤੇ ਜਿਹੜਾ ਮਰਜ਼ੀ ਵੀ ਗਿਆਨ ਸਿੱਖ ਸਕਦੇ ਆ ਕੀ ਬੱਚਿਆਂ ਨੂੰ ਸਾਨੂੰ ਅਲਾਓ ਕਰਨਾ ਚਾਹੀਦਾ ਹੈ ਕਿ ਉਹ ਕਿਸੇ ਵੀ ਕਮਿਊਨਿਟੀ ਦੇ ਜਿਹੜੇ ਆ ਫਰੈਂਡ ਬਣਾ ਸਕਣ ਮੈਂ ਤਾਂ ਕਹਿੰਦਾ ਜਦੋਂ ਹੁਣ ਅੱਜ ਵੀ ਹੁਣ ਜਦੋਂ ਅਸੀਂ ਉੱਧਰ ਤੁਰੇ ਹੋਏ ਸੀਗੇ ਸਾਡੀ ਜਿਹੜੀ ਐਕਸਪੈਂਸ਼ਨ ਜਿਹੜੀ ਆ ਸਾਡੀ ਮਨ ਦੀ ਐਕਸਪੈਂਸ਼ਨ ਹੈ ਦੂਜੇ ਕਲਚਰ ਦੂਜੇ ਧਰਮਾਂ ਹੋਣਾ ਚਾਹੀਦਾ ਠੀਕ ਹੈ ਨਾ ਇਹਨਾਂ ਨੂੰ ਵੀ ਆਪਾਂ ਕਲੋਸ ਹੋ ਜਾਈਏ ਦੈਟ ਵੀ ਬਿਕਮ ਟੂ ਨਾਈਵ ਟੂ ਐਵਰੀਬਾਡੀ ਹੂ ਇਜ਼ ਆਊਟਸਾਈਡ ਸੋ ਵੀ ਮਸਟ ਨੋ ਵਟਸ ਟਿਕਿੰਗ ਔਨ ਆਊਟਸਾਈਡ ਇਸ ਕਮਿਊਨਿਟੀ ਵਿੱਚ ਰਹਿਣਾ ਇਸ ਕਮਿਊਨਿਟੀ ਨਾਲ ਡਾਇਲੋਗ ਵੀ ਕਰਨ ਦੀ ਲੋੜ ਆ ਇੱਕ ਬੱਚਿਆਂ ਦਾ ਅੱਜ ਕੱਲ੍ਹ ਇੱਥੇ ਇਹ ਹੈ ਕਿ ਆਪਣੇ ਧਰਮ ਦੇ ਅਨੁਸਾਰ ਸਾਰੀ ਮਨੁੱਖਤਾ ਬਰਾਬਰ ਆ ਕੋਈ ਧਰਮ ਨਹੀਂ ਗਾ ਸੋ ਉਹ ਕਹਿੰਦੇ ਹਨ ਕਿ ਸਾਡੇ ਗੁਰੂ ਸਾਹਿਬ ਨੇ ਇਹ ਦੱਸਿਆ ਹੈ ਕਿ ਸਭੇ ਮਨੁੱਖ ਕੀ ਜਾ ਸਭੇ ਕੋ ਪਹਿਚਾਨ ਉਹਦੇ ਮੁਤਾਬਕ ਤੁਸੀਂ ਕਿਸੇ ਵੀ ਕਮਿਊਨਿਟੀ ਦੇ ਵਿਅਕਤੀ ਨਾਲ ਵਿਆਹ ਕਰਾ ਸਕਦੇ ਹੋ How far this is right? Actually, it's actually wrong because je apan sare dharm ikko je hon te to be honest Islam Christianity Judaism Hinduism Buddhism sari sikhi to pehlo sige haan ji te Guru Nanak Dev ji Maharaj nu aun di lod nahi si to set you onto a new path sada hega ik nirala panth right so ਇਹ ਜਿਹੜਾ ਸਾਡੇ ਪ੍ਰਚਾਰਕ ਆ ਇਹ ਇਹ ਐਕਚੁਅਲੀ ਐਕਸਪਲੇਨ ਨਹੀਂ ਕਰ ਸਕੇ ਬੱਚਿਆਂ ਨੂੰ ਪਰ ਜਿੱਦਾਂ ਹੁਣ ਤੁਸੀਂ ਆਹ ਗੱਲ ਕਹੀ ਆ ਮਾਨਸ ਕੀ ਜਾਤ ਸਭ ਹੈ ਕਹਿ ਪਹਿਚਾਨ ਬੋ ਨਾ ਇਹ ਗੁਰੂ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਦਾ ਸ਼ਬਦ ਆ ਪਰ ਉਸ ਟਾਈਮ ਤੇ ਤੁਸੀਂ ਦੇਖੋ ਜਦੋਂ ਸ਼ਬਦ ਅਟਰ ਹੋਇਆ ਉੱਥੇ ਜਾਤ ਪਾਤ ਦਾ ਰਾਈਫ ਸੀ ਉੱਥੇ ਹੈ ਨਾ ਊਚ ਨੀਚ ਦਾ ਰਾਈਫ ਸੀ ਤੇ ਮਹਾਰਾਜ ਨੇ ਹੁਕਮ ਹੈ ਕੀਤਾ ਸਾਨੂੰ ਵੀ ਤੁਸੀਂ ਸਾਰੀ ਹਿਊਮੈਨਿਟੀ ਨੂੰ ਇੱਕ ਸਮਝੋ ਸਨ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਦੂਸਰੇ ਦਾ ਧਨ ਵੀ ਲੈ ਲੈਣਾ ਦੂਸਰੇ ਦਾ ਵੀ ਲੈ ਲੈਣਾ ਇਹਨੂੰ ਸੀ ਵੀ ਗਿਵ ਦੈਮ ਦੀ ਇਕੁਆਲਿਟੀ ਦਾ ਐਵਰੀ ਐਂਡ ਦਾ ਰਿਸਪੈਕਟ ਦਾ ਐਵਰੀਬਾਡੀ ਡਿਜ਼ਰਵਸ ਆਪਣੇ ਧਰਮ ਦੇ ਵਿੱਚ ਰਹਿੰਦੇ ਹੋਏ ਤੁਸੀਂ ਜਿਹੜੀ ਇਹ ਰਿਸਪੈਕਟ ਰੱਖੋ ਔਰ ਜੇਕਰ ਇਹ ਅਜਿਹਾ ਕੋਈ ਬੱਚਾ ਕਹਿੰਦਾ ਹੈ ਤੁਸੀਂ ਪਹਿਲੇ 10 ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਦੇਖ ਲਓ ਕਿ ਕਿਸੇ ਨੇ ਵੀ ਦੂਸਰੇ ਧਰਮ ਦੇ ਵਿੱਚ ਜਾ ਕੇ ਸ਼ਾਦੀ ਨਹੀਂ ਕੀਤੀ ਔਰ ਜੇਕਰ 6ਵੇਂ ਪਾਤਸ਼ਾਹ ਜੀ ਨੂੰ ਕਿਸੇ ਦੂਸਰੇ ਧਰਮ ਦੀ ਨੇ ਆ ਕੇ ਅਪਰੋਚ ਕੀਤੀ ਸ਼ਾਦੀ ਕਰਨ ਦੀ ਉਹਨਾਂ ਨੇ ਕਿਹਾ ਨਹੀਂ ਮੈਂ ਨਹੀਂ ਕਰ ਸਕਦਾ ਤੇਰਾ ਇੱਕ ਰੁਤਬਾ ਮੈਂ ਤੈਨੂੰ ਮਾਤਾ ਦਾ ਦੇ ਸਕਦਾ ਵਾਂ ਲੇਕਿਨ ਮੈਂ ਸ਼ਾਦੀ ਨਹੀਂ ਕਰ ਸਕਦਾ ਸੋ ਜੇਕਰ ਬੱਚੇ ਇਹ ਕਹਿੰਦੇ ਹਨ ਕਿ ਗੁਰੂ ਸਾਹਿਬ ਨੇ ਇਹ ਸ਼ਬਦ ਉਚਾਰਿਆ ਜਾਂ ਇਹ ਸਾਡਾ ਸਿੱਖ ਧਰਮ ਦਾ ਫਲਸਫਾ ਹੈ ਤੇ ਇਹ ਉਹਨਾਂ ਨੇ ਜਾਤ ਬਰਾਦਰੀ ਨੂੰ ਤੋੜਨ ਵਾਸਤੇ ਕੀਤਾ ਸੀ ਨਾ ਕਿ ਆਪਣੇ ਆਪ ਨੂੰ ਉੱਧਰ ਮਿੰਗਲ ਕਰਨ ਵਾਸਤੇ ਕੀਤਾ ਸੀਗਾ ਸੋ ਜੇਕਰ ਕੋਈ ਬੱਚਾ ਤੁਹਾਨੂੰ ਕਹਿੰਦਾ ਹੈ ਉਹ ਘੱਟ ਬੁੱਧੀ ਘੱਟ ਗਿਆਨ ਕਰਕੇ ਕਹਿ ਰਿਹਾ ਹੈ ਜੇਕਰ ਸ਼ਬਦ ਉਸ ਨੂੰ ਤੁਸੀਂ ਵਿਚਾਰੋ ਕਿਸ ਆਧਾਰ ਕਿਹਾ ਗਿਆ ਹੈ ਉਸ ਨੂੰ ਸਮਝਣ ਦੀ ਜ਼ਰੂਰਤ ਹੈ ਨਾ ਕਿ ਆਪਣੀ ਲਾਈਫ ਕਿਸੇ ਦੇ ਨਾਲ ਬਸਰ ਕਰਨ ਵਾਸਤੇ ਤੁਸੀਂ ਉਸ ਨੂੰ ਉਸ ਲੈਵਲ ਤੇ ਲੈ ਜਾਓ ਸੋ ਆਪੋ ਆਪਣੇ ਧਰਮ 'ਚ ਰਹੋ ਆਪੋ ਆਪਣੇ ਧਰਮ 'ਚ ਰਹਿੰਦੇ ਹੋਏ ਪ੍ਰਫੁੱਲਤ ਹੋਵੋ ਇੱਥੋਂ ਤੀਕ ਕਿ ਕੋਈ ਜਾਨਵਰ ਕੋਈ ਪੰਛੀ ਦੂਸਰੀ ਬਰਾਦਰੀ ਵਿੱਚ ਜਾ ਕੇ ਵੀ ਉਹ ਕਰਮ ਨਹੀਂ ਕਰਦਾ ਉਹ ਆਪਣੇ ਬਰਾਦਰੀ ਦੇ ਵਿੱਚ ਰਹਿ ਕੇ ਹੀ ਜਿਹੜਾ ਉਹ ਆਪਣੇ ਬੱਚੇ ਗਾਂ ਪੈਦਾ ਕਰਦਾ ਹੈ ਨਾ ਕਿ ਕਿਸੇ ਦੂਸਰੀ ਹੋਰ ਬਰਾਦਰੀ ਦੇ ਵਿੱਚ ਜਾਂਦਾ ਹੈ ਜਿਹੜਾ ਜਿਹੜਾ ਪੰਛੀ ਜਾਨਵਰ ਵੀ ਮਨੁੱਖ ਨਾਲੋਂ ਇਸ ਐਂਗਲ ਤੋਂ ਸਿਆਣਾ ਹੈ ਜਿੱਦਾਂ ਤੁਸੀਂ ਆਪਣੇ ਵਿਆਹ ਦੀ ਗੱਲ ਕਰਦੇ ਆ ਹਾਂਜੀ ਜਿਹੜੀ ਕੰਡੀਸ਼ਨ ਹੀ ਆ ਸਾਡੀ ਜਿਹੜੇ ਸਾਡੇ ਪੰਜ ਸੰਸਕਾਰ ਆ ਫਰੋਮ ਬਰਥ ਟੂ ਡੈਥ ਹਾਂਜੀ ਜਿਹਦੇ ਵਿੱਚ ਆਨੰਦ ਕਾਰਜ ਇਜ਼ ਅ ਵੈਰੀ ਇੰਪੋਰਟੈਂਟ ਫੈਕਟਰ ਸਾਡਾ ਹਾਂਜੀ ਜੇ ਉਹਦੀ ਤੁਸੀਂ
ਆਪਾਂ ਸਾਰੀ ਤਾਂ ਨਹੀਂ ਹੁਣ ਕਥਾ ਕਰਨੀ, ਪਰ ਜੇ ਉਹਦਾ ਪਹਿਲੀ ਲਾਮ ਹੀ ਦੇਖ ਲਓ, ਹਾਂਜੀ, ਹਰ ਪਹਿਲੀ ਲਾਮ ਪ੍ਰਵਿਰਤੀ ਕਰਮ, ਪ੍ਰਵਿਰਤੀ ਕਰਮ ਦੁਨੀਆਂ ਦਾ ਵੀ ਕੰਮ ਹੁਣ ਜਿਹੜਾ ਸ਼ੁਰੂ ਹੋ ਰਿਹਾ, ਹਾਂਜੀ, ਬਾਣੀ ਬ੍ਰਹਮਾ ਵੇਦ ਤਰਨ ਦੜੋ ਹਰ ਪਾਪ ਤਜਾਇਆ ਬਲਰਾਮ ਜਿਉ, ਆਹ ਜਿਹੜੀ ਬਾਣੀ ਹੁਣ ਸੁਣਨੀ ਆ, ਬਾਣੀ ਤੋਂ ਆਪਾਂ ਹੁਕਮ ਲੈਣਾ, ਇਹ ਸੁਪਰ ਸੀਡ ਸਾਰਿਆਂ ਨੂੰ ਕਰ ਦਿੱਤਾ, ਹਾਂਜੀ, ਫਿਰ ਉੱਥੇ ਗੁੰਜਾਇਸ਼ ਹੀ ਨਹੀਂ ਰਹਿੰਦੀ, ਐਗਜੈਕਟਲੀ, ਅਤੇ ਜੇ ਆਪਾਂ ਹੁਣ ਉਸ ਸੈਰੇਮਨੀ ਦੇ ਵਿੱਚ ਇੱਧਰ ਆਨੰਦ ਕਾਰਜ ਵੀ ਕਰਾ ਲਿਆ, ਉੱਧਰ ਜਾ ਕੇ ਚਰਚ ਦੇ ਵਿੱਚ ਕਰਾ ਲਿਆ, ਤਾਂ ਦੂਜੇ ਖਿਆਲ ਵੇਅਰ ਐਕਚੁਅਲੀ ਮੇਕਿੰਗ ਅ ਮੌਕਰੀ ਆਫ ਆਲ ਸੈਰੇਮਨੀਜ਼, ਐਗਜੈਕਟਲੀ। ਸੋ ਜਿਹੜਾ ਸਿੱਖ ਧਰਮ ਹੈ, ਨਿਰਾਲਾ ਧਰਮ ਹੈ, ਇਹ ਕਿਸੇ ਨੂੰ ਆਪਣੇ ਵਿੱਚ ਫੋਰਸਫੁਲੀ ਨਹੀਂ ਅਮਰਜ ਕਰਦਾ, ਜੇਕਰ ਉਹ ਕੋਈ ਵਿਅਕਤੀ ਕਰਨਾ ਚਾਹੁੰਦਾ, ਆਉਣਾ ਚਾਹੁੰਦਾ, ਵੈਲਕਮ ਕਹਿੰਦਾ, ਪਰ ਉਸ ਨੂੰ ਉਹ ਤਾਂ ਆਏਗਾ ਜੇਕਰ ਉਹਨੂੰ ਅੰਡਰਸਟੈਂਡ ਹੋਏਗਾ। ਆਪਾਂ ਲੱਕੀ ਹੈ ਕਿ ਆਪਾਂ ਨੂੰ ਇਸ ਧਰਮ ਦੇ ਵਿੱਚ ਜਨਮ ਮਿਲਿਆ ਔਰ ਸਾਨੂੰ ਮੁੱਢ ਤੋਂ ਬਚਪਨ ਤੋਂ ਇਹ ਧਰਮ ਮਿਲਿਆ, ਪਰ ਸੰਭਵ ਅਸੀਂ ਜਿਹੜੇ ਆ ਇਸ ਧਰਮ ਦੇ ਵਿੱਚ, ਲੇਟੈਸਟ ਧਰਮ ਦੇ ਵਿੱਚ, ਇੱਕ ਵਿਗਿਆਨਿਕ ਧਰਮ ਦੇ ਵਿੱਚ ਜੰਮੇ ਹਾਂ, ਲੇਕਿਨ ਇਸ ਨੂੰ ਅਸੀਂ ਸਮਝਣ ਦੇ ਵਿੱਚ ਅਸਮਰਥ ਰਹੇ ਹਾਂ। ਸੋ ਆਪਾਂ ਆਓ ਰਲ ਕੇ ਸਾਰੇ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਔਰ ਸਿੱਖ ਅਵੇਅਰਨੈਸ ਸੁਸਾਇਟੀ ਦਾ ਸਹਿਯੋਗ ਦਈਏ, ਨਾ ਕਿ ਇਹਨਾਂ ਦਾ ਸਹਿਯੋਗ ਦੇ ਰਹੇ ਹਾਂ, ਅਸੀਂ ਆਪਣੇ ਆਪ ਨੂੰ ਹੀ ਬਿਹਤਰ ਬਣਾ ਰਹੇ ਹਾਂ ਆਪਣੀਆਂ ਆਫਤਾਂ ਤੋਂ ਬਚਣ ਵਾਸਤੇ, ਬੱਚਿਆਂ ਨੂੰ ਮੁੱਢ ਤੋਂ ਹੀ ਆਪਾਂ ਕਿਸੇ ਚੰਗੀ ਸੁਸਾਇਟੀ ਦੇ ਲੜ ਲਾਈਏ ਜਿੱਥੋਂ ਕਿ ਉਹਨਾਂ ਨੂੰ ਅਵੇਅਰਨੈਸ ਮਿਲੇ, ਅਤਿ ਜ਼ਰੂਰੀ ਹੈ। ਸੋ ਤੁਸੀਂ ਅੰਤੇ ਦੱਸਣਾ ਚਾਹੋਗੇ ਕਿ ਇਹੋ ਜਿਹੇ ਸਮਾਗਮ ਜਿਹੜੇ ਹਨ ਅਵੇਅਰਨੈਸ ਸੁਸਾਇਟੀ ਵੱਲੋਂ ਜਿਹੜੇ ਕੀਤੇ ਜਾਂਦੇ ਹਨ ਕਿੱਥੇ ਕਿੱਥੇ ਹੋ ਰਹੇ ਹਨ, ਅਤੇ ਜੇਕਰ ਕਿਸੇ ਨੇ ਪਹੁੰਚ ਕਰਨੀ ਹੋਵੇ, ਅਸੀਂ ਕੰਟੀਨਿਊਸਲੀ ਤੁਹਾਡਾ ਨੰਬਰ 'ਤੇ ਦਿਖਾ ਰਹੇ ਹਾਂ, ਪਰ ਉੱਥੇ ਥੋੜ੍ਹਾ ਜਾਂ ਫਿਰ ਵਿਖਿਆਨ ਕਰੋ। ਇਸ ਆਪਣੇ ਐਤਵਾਰ ਨੂੰ ਆਪਾਂ ਹੈਗੇ ਹਾਂ ਜੋਤ ਪ੍ਰਕਾਸ਼ ਗੁਰਦੁਆਰੇ ਜੀ, ਐਸ ਓਲਸੋ ਅਸੀਂ ਬੈਰੀ ਕਾਲਜ, ਬੈਰੀ ਵਿੱਚ ਆ ਕੋ ਕਾਲਜ ਆਪਣੇ, ਸੰਡੇ ਜਾਣਾ ਉੱਥੇ ਅਸੀਂ, ਇਹ 300 ਸਟੂਡੈਂਟ ਦੇ ਨਾਲ ਅਸੀਂ ਉੱਥੇ ਵੀ ਸਾਡਾ ਇਸ ਸੰਡੇ ਹੈਗਾ, ਅਤੇ ਬਾਕੀ ਜਿਹੜੇ ਜਿਹੜੇ ਕੰਮ ਲਈ ਅਸੀਂ ਆਏ ਸੀਗੇ, ਜਿਹੜੇ ਪਰਿਵਾਰਾਂ ਦੀ ਹੈਲਪ ਕਰਦੇ ਸੀਗੇ, ਸਾਡਾ ਜ਼ਿਆਦਾ ਟਾਈਮ ਜਿਹੜਾ ਹੈਗਾ ਆ ਉੱਧਰ ਸਾਨੂੰ ਲਾਉਣਾ ਪੈਂਦਾ, ਬਿਕੋਜ਼ ਦੈਟਸ ਦਾ ਮਕਸ, ਇਸ ਮਕਸਦ ਦੇ ਨਾਲ ਅਸੀਂ ਆਏ ਸੀ ਵੀ ਉੱਧਰ 3-4 ਕੇਸ ਆਏ ਹੋਏ ਸੀ ਸਾਡੇ ਕੋਲ, ਇੱਧਰ ਉਹਨਾਂ ਦੀ ਅਸੀਂ ਹੈਲਪਿੰਗ ਕਰ ਰਹੇ ਹਾਂ ਇਸ ਵੇਲੇ। ਇਸ ਵੇਲੇ ਅਤਿ ਜ਼ਰੂਰੀ ਹੈ, ਜਿਹੜੀ ਭਾਰਤ ਤੋਂ ਬੱਚੀਆਂ ਆ ਰਹੀਆਂ ਨਾ ਜੀ, ਹਾਂਜੀ, ਉਹਨਾਂ ਨਾਲ ਸ਼ੋਸ਼ਣ ਹੋ ਰਿਹਾ ਹੈ, ਇਸ ਵੇਲੇ ਅਤਿ ਜ਼ਰੂਰੀ ਹੈ। ਜੇਕਰ ਤੁਸੀਂ ਵਾਧੂ ਵੀ ਸਮਾਂ ਲਾਓ, ਹੰਬਰ ਕਾਲਜ, ਜਿਹੜਾ ਸੈਨਿਕਾ ਕਾਲਜ, ਸੈਂਟੈਨੀਅਲ ਕਾਲਜ ਅਤੇ ਹੋਰ ਜਿਹੜੇ ਆ ਕਾਲਜ, ਉਹਨਾਂ ਦੇ ਵਿੱਚ ਜੇਕਰ ਪਹੁੰਚ ਕਰਕੇ ਉਹਨਾਂ ਬੱਚੀਆਂ ਨੂੰ, ਜਿਸ ਤਰ੍ਹਾਂ ਦੱਸਿਆ ਜਾਂਦਾ ਭੋਲੀਆਂ ਬੱਚੀਆਂ, ਹਾਂਜੀ, ਹੁੰਦੀਆਂ ਹਨ, ਉਹਨਾਂ ਨੂੰ ਵਰਗਲਾ ਲਿਆ ਜਾਂਦਾ ਹੈ, ਸੋ ਉਹਨਾਂ ਨੂੰ ਵੀ ਆਪਾਂ ਨੂੰ ਜ਼ਰੂਰਤ ਹੈ ਕੋਈ ਨਾ ਕੋਈ ਸੁਝਾਅ, ਕੋਈ ਨਾ ਕੋਈ ਵਿਚਾਰ ਦੇਣ ਦੀ। ਬਹੁਤ ਬਹੁਤ ਧੰਨਵਾਦ। ਪਲੀਜ਼ ਇਹਨਾਂ ਦਾ ਨੰਬਰ ਨੋਟ ਕਰੋ, ਇਹ ਹੈ 1-833-727-2873। ਤੁਸੀਂ ਨੰਬਰ ਅਸੀਂ ਕਾਫੀ ਵਾਰ ਦਿਖਾਇਆ ਹੈ, ਲੇਕਿਨ ਰੇਡੀਓ ਵਾਲੇ ਜਿਹੜੇ ਸਾਡੇ ਸਰੋਤੇ ਹਨ ਉਹਨਾਂ ਲਈ ਇਹ ਨੰਬਰ ਹੈ 1-833-727-2873, ਅਤੇ ਤੁਸੀਂ ਜਾ ਕੇ ਰਾਬਤਾ ਕਾਇਮ ਕਰ ਸਕਦੇ ਹੋ। ਇਹ ਅਤਿ ਜ਼ਰੂਰੀ ਵਿਸ਼ਾ ਹੈ, ਹੋਰ ਜਿਹੜੇ ਵਿਸ਼ਾ ਉਹ ਵੀ ਜ਼ਰੂਰੀ ਹਨ, ਪਰ ਇਹ ਜਿਹੜਾ ਸਾਡਾ ਜਿਹੜਾ ਵਿਸ਼ਾ ਆਪੋ ਆਪਣੇ ਪਰਿਵਾਰ ਦੇ ਨਾਲ ਇੱਕ ਅਣਖੁਆਲਾ ਇਹ ਇੱਕ ਵਿਸ਼ਾ ਹੈ, ਇਸ ਨੂੰ ਜਿਹੜਾ ਵਾ ਬਰਕਰਾਰ ਰੱਖਣਾ ਆਪਣੀ ਅਣਖ ਨੂੰ, ਉਹ ਤਾਂ ਹੀ ਸੰਭਵ ਹੈ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਇਸ ਪ੍ਰਤੀ ਜਾਗਰੂਕਤਾ ਦਈਏ। ਲਓ ਆਗਿਆ ਚਾਹੁੰਦੇ ਹਾਂ, ਉਮੀਦ ਰੱਖਦੇ ਫਿਰ ਮਿਲਾਂਗੇ ਮੋਹਨ ਸਿੰਘ ਜੀ ਅਤੇ ਅਤਰ ਸਿੰਘ ਜੀ ਨਾਲ ਆਏ ਹੋਏ ਸਿੰਘਾਂ ਦਾ ਵੀ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।